ਤੇ ਤੁਹਾਡੀ ਹੀ ਪਾਰਟੀ ਤੇ ਜਿਹੜੇ ਹੈਗੇ ਆ ਸਭ ਤੋਂ ਜ਼ਿਆਦਾ ਜਿਹੜੇ ਹੈਗੇ ਆ ਆਰੋਪ ਲੱਗਦੇ ਹੈਗੇ ਆ। ਨਹੀਂ ਜੀ, ਗੱਲ ਮੈਂ ਕਰਾਂ, ਇੱਕ ਤਾਂ ਨਸ਼ਾ ਇਹ ਅੱਜ ਨਹੀਂ ਕੋਈ ਆਇਆ, ਲੱਗਦਾ ਕਿ ਦੁਬਾਰਾ ਵਾਪਸੀ ਹੋ ਸਕਦੀ ਹੈ। ਇੱਥੇ ਪੋਲਿਟਿਕਸ ਦੇ ਵਿੱਚ ਸਾਰਾ ਕੁਝ ਹੀ ਲੱਗਦਾ ਹੀ ਹੈ, ਕੁਛ ਵੀ ਕਰ ਸਕਦੇ ਲਈ। ਕਿਸਾਨਾਂ ਵੱਲੋਂ ਵੀ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈਗਾ ਵਾ, ਕਿਸ ਤਰ੍ਹਾਂ ਦੇਖਦੇ ਆ? ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਇੱਕ ਪਾਰਟੀ ਵੱਲੋਂ ਜਿਹੜਾ ਹੈਗਾ ਵਾ ਆਪਣੀਆਂ ਆਪਣੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ, ਰੋਡ ਸ਼ੋਅ ਕੀਤੇ ਜਾ ਰਹੇ ਨੇ, ਤੇ ਅੱਜ ਜੇਕਰ ਗੱਲ ਕਰੀਏ ਤਾਂ ਜੁਗਰਾਜ ਸਿੰਘ ਜੱਗੀ ਜੀ ਨਾਲ ਗੱਲ ਕਰਾਂਗੇ, ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਫੀ ਸਮੇਂ ਤੋਂ ਆਪਣੀ ਸੇਵਾ ਨਿਭਾ ਰਹੇ ਨੇ ਤੇ ਅੱਜ ਵੀ ਸੇਵਾ ਕਰ ਰਹੇ ਨੇ। ਜੁਗਰਾਜ ਜੱਗੀ ਜੀ, ਲੋਕ ਸਭਾ ਚੋਣਾਂ, ਗਰਮੀ ਦਾ ਮੌਸਮ ਕਿਸ ਤਰ੍ਹਾਂ ਦੇਖਦੇ ਆ? ਆਪਾਂ ਅੱਜ ਇੱਥੇ ਲੋਕ ਸਭਾ ਹਲਕਾ ਜਲੰਧਰ ਦੀ ਜਿਹੜੀ ਸੀਟ ਲਈ ਪ੍ਰਚਾਰ ਲਈ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਆਪਣੇ ਨਕੋਦਰ ਹਲਕੇ ਨੂਰਮਹਿਲ ਦੀ ਮੰਡੀ ਵਿੱਚ ਆ ਰਹੇ ਹਾਂ। ਆਪਾਂ ਵੇਖ ਰਹੇ ਹਾਂ ਇੰਨੀ ਜ਼ਿਆਦਾ ਗਰਮੀ ਆ, ਜਿੱਥੇ ਅੱਜ ਸਕੂਲਾਂ 'ਚ ਵੀ ਛੁੱਟੀਆਂ, ਹਾਈ ਅਲਰਟ ਆ, ਅਤੇ ਪਰ ਫਿਰ ਵੀ ਲੋਕਾਂ 'ਚ ਇੰਨਾ ਉਤਸ਼ਾਹ ਆ ਵੀ ਵੱਡੇ ਵੱਡੇ ਕਾਫਲਿਆਂ ਦੇ ਰੂਪ 'ਚ ਆਪਾਂ ਵੇਖ ਰਹੇ ਹਾਂ ਵੀ ਕਿੱਦਾਂ ਲੋਕ ਆ ਰਹੇ। ਬੜਾ ਉਤਸ਼ਾਹ ਲੋਕਾਂ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਸੁਣਨ ਦਾ ਆਪਣੀ ਪਾਰਟੀ ਪ੍ਰਤੀ। ਜੁਗਰਾਜ ਜੱਗੀ ਜੀ, ਲਗਾਤਾਰ ਦੇਖਿਆ ਜਾਂਦਾ ਆ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਦੂਜੇ 'ਤੇ ਤੰਜ ਕੱਸੇ ਜਾ ਰਹੇ ਹੈਗੇ, ਇੱਕ ਦੂਜੇ ਪਾਰਟੀ 'ਤੇ ਜਿਹੜੇ ਹੈਗੇ ਆ ਵਿਰੋਧੀ ਧਿਰ ਪਾਰਟੀਆਂ ਜਿਹੜੀਆਂ ਇੱਕ ਦੂਜੇ 'ਤੇ ਜਿਹੜੀਆਂ ਹੈਗੀਆਂ ਕਾਫੀ ਸ਼ਬਦੀ ਵਾਰ ਕਰ ਰਹੀਆਂ ਹੈਗੀਆਂ, ਕਿਸ ਤਰ੍ਹਾਂ ਦੇਖਦੇ ਆ? ਦੇਖੋ, ਪੰਜਾਬ ਦੇ ਮੁੱਦਿਆਂ ਗੱਲ ਕਰਨੀ ਚਾਹੀਦੀ, ਚਾਹੇ ਆਪਣੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹ ਆਉਂਦੇ ਆ, ਤੁਸੀਂ ਗੱਲ ਕੀਤੀ ਰੋਡ ਸ਼ੋਆਂ 'ਤੇ ਆਉਂਦੇ ਆ, ਉਹ ਸਰਦਾਰ ਬਾਦਲ ਕੋਲ ਗੱਡੀ ਕਿਹੜੀ ਆ, ਉਹ ਕੀ ਕਰਦੇ ਆ, ਇੱਦਾਂ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਉਹ ਮੁੱਦਿਆਂ ਤੋਂ ਹਟਾਇਆ ਜਾਂਦਾ। ਜਦਕਿ ਪੰਜਾਬ ਦੇ ਮੁੱਦੇ ਇਹ ਆ ਵੀ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਸੀ, ਮੈਡੀਕਲ ਕਾਲਜ ਬਣਾਉਣ ਦੀਆਂ ਗੱਲਾਂ ਕੀਤੀਆਂ ਸੀਗੀਆਂ, ਚੰਗਾ ਕਾਨੂੰਨ ਵਿਵਸਥਾ ਕਰਨ ਦੀਆਂ ਗੱਲਾਂ ਕੀਤੀਆਂ ਸੀ, ਅੱਜ ਲੋਕ ਅੱਗੇ ਕਬੱਡੀ ਗੇਮ ਨੂੰ ਆਪਾਂ ਕਿੱਡਾ ਕਿੱਡ ਵਰਲਡ 'ਤੇ ਲੈ ਕੇ ਗਏ ਸੀਗੇ ਸਰਦਾਰ ਸੁਖਬੀਰ ਸਿੰਘ ਬਾਦਲ, ਅੱਜ ਲੋਕ ਕਹਿੰਦੇ ਸਾਡਾ ਮੁੰਡਾ ਪਲੇਅਰ ਨਾ ਬਣੇ, ਜ਼ਿਆਦਾ ਤਰੱਕੀ ਨਾ ਕਰਦੇ ਸਿੱਧੂ ਮੂਸੇਵਾਲ ਵੱਲ ਦੇਖ ਕੇ। ਸੋ ਇਹ ਗੱਲਾਂ ਪੰਜਾਬ ਦੀਆਂ ਇਹ ਮੁੱਦੇ ਨੇ ਵੀ ਪੰਜਾਬ ਨੂੰ ਚੰਗੀ ਕਾਨੂੰਨ ਵਿਵਸਥਾ ਕਿੱਦਾਂ ਦੇਣੀ ਹੈ, ਇਹ ਨਹੀਂ ਸੀ ਐਮ ਸਾਹਿਬ ਦੀਆਂ ਗੱਲਾਂ ਕਰਨ। ਜੇਕਰ ਗੱਲ ਕਰੀਏ ਜੁਗਰਾਜ ਜੱਗੀ ਜੀ, ਕਾਫੀ ਜਿਹੜਾ ਹੈਗਾ ਇੱਕ ਮੁੱਦਾ ਹੀ ਆਪਾਂ ਕਹਿ ਸਕਦੇ ਹਾਂ, ਜਿਹੜਾ ਨਸ਼ਿਆਂ ਦਾ ਆਪਾਂ ਕਹਿ ਸਕਦੇ, ਨਸ਼ਿਆਂ ਦਾ ਦਰਿਆ ਲਗਾਤਾਰ ਪੰਜਾਬ ਦੇ ਵਿੱਚ ਵੱਧਦਾ ਜਾ ਰਿਹਾ ਹੈਗਾ ਵਾ, ਤੇ ਤੁਹਾਡੀ ਹੀ ਪਾਰਟੀ ਤੇ ਜਿਹੜੇ ਹੈਗੇ ਆ ਸਭ ਤੋਂ ਜ਼ਿਆਦਾ ਜਿਹੜੇ ਹੈਗੇ ਆ ਆਰੋਪ ਲੱਗਦੇ ਹੈਗੇ ਆ? ਨਹੀਂ ਜੀ, ਗੱਲ ਮੈਂ ਕਰਾਂ, ਇੱਕ ਤਾਂ ਨਸ਼ਾ ਇਹ ਅੱਜ ਨਹੀਂ ਕੋਈ ਆਇਆ ਜਾਂ ਪਿਛਲੇ 10-15 ਸਾਲਾਂ 'ਚ ਨਹੀਂ ਆਇਆ, ਜਦੋਂ ਤੋਂ ਦੁਨੀਆਂ ਦੇ ਵਿੱਚ ਜਿੱਦਾਂ ਜਿੱਦਾਂ ਡਿਵੈਲਪਮੈਂਟ ਹੋਈ ਆ ਉੱਦਾਂ ਉੱਦਾਂ ਨਾਲ ਚੰਗੀਆਂ ਮਾੜੀਆਂ ਚੀਜ਼ਾਂ ਵੀ ਡਿਵੈਲਪ ਹੋਈਆਂ। ਜੇ ਗੱਲ ਕਰੀਏ ਜਿੱਥੇ ਆਪਾਂ ਜਾਂਦੇ ਹਾਂ, ਅੱਜ ਕਮਾਉਣ ਜਾਂਦੇ ਹਾਂ, ਕੈਨੇਡਾ ਵਰਗੀਆਂ ਕੰਟਰੀਆਂ 'ਚ, ਹੋਰ ਕੰਟਰੀਆਂ ਜਾਂਦੇ ਹਾਂ, ਉੱਥੇ ਮੈਂ ਜਾ ਕੇ ਨਹੀਂ ਵੇਖਿਆ ਜਿੰਨਾ ਕੁ ਸੁਣਿਆ ਜਾਂ ਜਿੰਨੇ ਕੁ ਅੰਕੜੇ ਆਉਂਦੇ ਮੌਤਾਂ ਦੇ, ਉੱਥੇ ਆਪਣੇ ਨਾਲ ਵੀ ਕਿਤੇ ਜ਼ਿਆਦਾ। ਪਰ ਇੱਥੇ ਆਪਾਂ ਆਪਣੀਆਂ ਜਿਹੜੀਆਂ ਇਲੈਕਸ਼ਨ ਏਜੰਡੇ ਆ ਇਹਨਾਂ ਨੂੰ ਉਹਨਾਂ 'ਤੇ ਲਈ ਆਉਂਦੇ। ਆਪਾਂ ਆਪਣੇ ਆਪ ਨੂੰ ਬਦਨਾਮ ਪੰਜਾਬੀ ਮੇਰੇ ਹਿਸਾਬ ਨਾਲ, ਜੋ ਸਕਦਾ ਮੈਂ ਗਲਤ ਹੋਵਾਂ, ਪਰ ਮੇਰੇ ਹਿਸਾਬ ਨਾਲ ਆਪਾਂ ਆਪਣੇ ਦੇ ਆਪ ਆਪਣਿਆਂ ਨੂੰ ਜ਼ਿਆਦਾ ਬਦਨਾਮ ਕਰਦੇ। ਸੋ ਹੈ ਨਸ਼ਾ ਇਹ ਨਹੀਂ ਹੈ, ਪਰ ਜਿਹੜੀਆਂ ਅੱਗੇ ਨਾਲੋਂ ਵੀ ਵੱਧ ਗਿਆ ਇਹ ਸਰਕਾਰ ਦੀ ਜਿਹੜੀ ਹੁਣ ਵੀ ਹੈ, ਚਾਹੇ ਉਹ ਲੁੱਟਾਂ ਖੂਹਾਂ ਲਾ ਲਓ, ਕੁਛ ਲਾ ਲਓ, ਉਹਦਾ ਰੀਜ਼ਨ ਇਹ ਆ ਵੀ ਹੁਣ ਇਹਨਾਂ ਕੋਲ ਜਿਹੜੀ ਕਾਨੂੰਨ 'ਤੇ ਪਕੜ ਨਹੀਂ ਹੈ। ਕਿਉਂਕਿ ਵਿਧਾਨ ਸਭਾ ਵੀ ਵੇਖ ਲਓ, ਵਾਰ ਵੀ ਦੇਖ ਲਓ ਤੁਸੀਂ, ਰੋਡ ਸ਼ੋਆਂ 'ਚ ਮੁੱਖ ਮੰਤਰੀ ਸਾਹਿਬ ਦੇ ਕੋਈ ਪੰਜਾਬ ਦੇ ਮੁੱਦਿਆਂ 'ਚ ਤਾਂ ਗੱਲ ਹੀ ਹੈ ਨਹੀਂ, ਮਿਉਣ ਉਵੇਣੀ ਚੁਟਕਲੇਬਾਜ਼ੀ ਉਹੀ ਚੱਲੀ ਜਾਂਦੀ। ਜਿਹੜੀ ਸੰਸੈਰਟੀ ਦਾ ਜਿਹੜੀ ਤੁਸੀਂ ਚੇਅਰ 'ਤੇ ਉਹਨੂੰ ਤਾਂ ਤੁਸੀਂ ਡਰੈਸ ਹੀ ਨਹੀਂ ਕਰ ਰਹੇ, ਅਤੇ ਫਿਰ ਉਹ ਨਸ਼ਾ ਵੀ ਵਧੂਗਾ ਨੈਚੁਰਲੀ, ਅਤੇ ਉਹ
ਮਰਡਰ ਵੀ ਹੋਣਗੇ, ਫਰੌਤੀਆਂ ਵੀ ਮੰਗੀਆਂ ਜਾਣਗੀਆਂ, ਉਹ ਸਾਰਾ ਕੁਛ ਵਧਣਗੇ। ਚੰਨੀ ਸਾਹਿਬ ਵੱਲੋਂ ਕਿਹਾ ਜਾ ਰਿਹਾ ਹੈਗਾ ਦਲ ਬਦਲੂ ਜਿਹੜਾ ਹੈਗਾ ਵਾ ਪਾਰਟੀਆਂ ਦਾ ਚੱਲ ਰਿਹਾ ਹੈਗਾ। ਜੇਕਰ ਗੱਲ ਕਰੀਏ ਸੁਸ਼ੀਲ ਕੁਮਾਰ ਰਿੰਕੂ ਦੀ, ਗੱਲ ਕਰੀਏ ਕੇਪੀ ਸਾਹਿਬ ਦੀ, ਗੱਲ ਕਰੀਏ ਸਾਰੇ ਹੀ ਜਿਹੜੇ ਇੱਕ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਹੋਰ ਪਾਰਟੀਆਂ ਦੇ ਵਿੱਚ ਸਿਰਫ ਇਲੈਕਸ਼ਨਾਂ ਵਾਸਤੇ ਜਾ ਰਹੇ ਨੇ, ਕਿਸ ਤਰ੍ਹਾਂ ਦੇਖਦੇ ਆ? ਬਦਲੇ ਅਕਾਲ, ਲੋਕ ਬਦਲਦੇ ਨੇ ਪਾਰਟੀਆਂ, ਪਰ ਹਰੇਕ ਦਾ ਆਪਾਂ ਨੂੰ ਲੇਖਾ ਜੋਖਾ ਜ਼ਰੂਰ ਦੇਖਣਾ ਚਾਹੀਦਾ। ਹੁਣ ਆਪਾਂ ਰਿੰਕੂ ਜੀ ਦੇਖੀਏ, ਇਹਨਾਂ ਨੂੰ ਕਾਂਗਰਸ ਨੇ ਦੋ ਵਾਰੀ MLA ਬਣਾਇਆ, ਤੀਜੀ ਵਾਰੀ ਟਿਕਟ ਵੀ ਦਿੱਤੀ, ਚਲੋ ਹਾਰ ਗਏ, ਨਾਲ ਹੀ ਉਹਨਾਂ ਨੇ ਬਾਈ ਇਲੈਕਸ਼ਨ ਆਈ ਆ ਅਤੇ ਲੋਕ ਸਭਾ ਦੀ ਟਿਕਟ ਆਮ ਆਦਮੀ ਪਾਰਟੀ ਤੋਂ ਲੈ ਕੇ ਉੱਧਰੋਂ ਮੈਂਬਰ ਪਾਰਲੀਮੈਂਟ ਮਿਲੇ, ਉੱਧਰੋਂ ਹਟੇ ਤਾਂ ਕੋਈ BJP ਤੋਂ ਕੋਈ ਲਾਲਚ ਹੋ ਗਿਆ, ਉੱਧਰ ਚਲੇ ਗਏ। ਉਹ ਆਪਾਂ ਨੂੰ ਪਤਾ ਲੱਗਦਾ ਵੀ ਇਹਨਾਂ ਦੀ ਆਪਦੀ ਆਪਣੀ ਪਰਸਨਲ ਉਹਨਾਂ ਨੂੰ ਲਾਲਚ ਆ। ਇੱਦਾਂ ਹੀ ਆਪਣੇ ਵੱਲੋਂ ਟੀਨੂ ਜੀ ਨੇ ਕੀਤਾ ਵੀ ਉਹ ਹੁਣ ਪਾਰਟੀ ਰੂਲਿੰਗ ਹੈ, ਉਹ ਚਲੇ ਗਏ। KP ਸਾਹਿਬ ਨੂੰ ਤਾਂ ਜਦੋਂ ਰਿੰਕੂ ਜੀ ਨੇ ਟਿਕਟ ਦਿੱਤੀ ਉਦੋਂ ਬਹੁਤ ਜ਼ੋਰ ਲਾਇਆ ਪਾਰਟੀਆਂ 'ਚ, ਸਰਕਾਰ 'ਚ ਜਾਣਾ ਹੁੰਦਾ। KP ਸਾਹਿਬ ਨੂੰ ਇਹਨਾਂ ਨੇ ਵਿਧਾਨ ਸਭਾ ਦੀ ਟਿਕਟ ਲਈ ਬਹੁਤ ਜਲੀਲ ਕੀਤਾ, ਟਿਕਟ ਦੇ ਕੇ ਐਡੇ ਸੀਨੀਅਰ ਲੀਡਰ ਨੂੰ ਤੁਸੀਂ ਨਹੀਂ ਦੇਣੀ, ਨਾ ਦਿਉ, ਉਹਨਾਂ ਨੂੰ ਕਾਗਜ਼ ਭੰਨ ਭੇਜਤਾ, ਦੂਜੇ ਬੰਨੇ ਟਿਕਟ ਦੇ ਦਿੱਤੀ। ਸੋ ਇਸ ਕਰਕੇ ਹੁਣ ਵੀ ਲੋਕ ਸਭਾ ਦੀ ਨਹੀਂ ਦਿੱਤੀ, ਚੰਨੀ ਜੀ ਨੂੰ ਦਿੱਤੀ, ਬਾਹਰੋਂ ਲਿਆ ਗਏ। ਫਿਰ ਉਹਨਾਂ ਨੂੰ ਜੇ ਤੁਸੀਂ ਆਪਣੇ ਘਰ 'ਚ ਬਿਲਕੁਲ ਤੁਹਾਡੀ ਨਹੀਂ ਪੁੱਛਗਿੱਛ ਹੁੰਦੀ ਤਾਂ ਫਿਰ ਉਹਨਾਂ ਨੇ ਦੇਖਿਆ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਗੱਲ ਕਰਨ ਵਾਲੀ ਪਾਰਟੀ ਆ, ਉਹਨਾਂ ਨੇ ਉਹਦਾ ਉਸ ਚੀਜ਼ ਨੂੰ ਚੁਣ ਕੇ ਤਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਆਏ ਆ। ਜੁਗਰਾਜ ਜੱਗੀ ਜੀ, ਤੁਹਾਨੂੰ ਵੀ ਕਾਫੀ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋ ਗਿਆ ਵਾ, ਕੀ ਕਾਰਨ ਲੱਗਦਾ ਕਿ ਪਵਨ ਕੁਮਾਰ ਟੀਨੂ ਨੇ ਜਿਹੜਾ ਹੈਗਾ ਤੁਹਾਡੀ ਪਾਰਟੀ ਨੂੰ ਛੱਡ ਕੇ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਟਿਕਟ ਪ੍ਰਾਪਤ ਕੀਤੀ ਆ? ਮੈਂ ਸੁਣਿਆ ਤਾਂ ਨਹੀਂ, ਮੈਂ ਕਿਸੇ ਨੇ ਮੈਨੂੰ ਦੱਸਿਆ, ਸ਼ਾਇਦ ਸਹੀ ਹੋਵਾਂ ਵੀ ਉਹਨਾਂ ਨੇ ਤੇ ਮੀਡੀਆ ਦੇ ਵਿੱਚ ਹੀ ਕਿਹਾ ਵੀ ਲੋਕ ਰੂਲਿੰਗ ਪਾਰਟੀ ਨਾਲ ਹੁੰਦੇ ਆ ਤੇ ਮੈਂ ਲੋਕਾਂ ਦਾ ਰੂਲਿੰਗ ਪਾਰਟੀ ਚ ਲੱਗੀ, ਪਰ ਦੇਖਣ ਦੇ ਵਿੱਚ ਆਉਂਦਾ ਉਹਨਾਂ ਨੇ ਵੀ ਕਾਫੀ ਸਮੇਂ ਤੋਂ ਜਿਹੜਾ ਹੈਗਾ ਤੁਹਾਡੀ ਪਾਰਟੀ ਦੇ ਵਿੱਚ ਸੰਘਰਸ਼ ਕੀਤਾ, MLA ਵੀ ਰਹੇ ਹੈਗੇ ਆ, ਉਸ ਤੋਂ ਬਾਅਦ ਜਿਹੜਾ ਹੈਗਾ ਅਚਾਨਕ ਪਾਰਟੀ ਨੂੰ ਛੱਡ ਕੇ ਜਿਹੜਾ ਹੈਗਾ ਦੂਸਰੀ ਪਾਰਟੀ ਜਾਣਾ, ਕਿਸ ਤਰ੍ਹਾਂ ਦੇਖਦੇ ਆ? ਚਲੋ ਪਾਰਟੀ ਨੇ ਬਹੁਤ ਮਾਣ ਦਿੱਤਾ ਉਹਨਾਂ ਨੂੰ, ਦੋ ਵਾਰ MP ਵੀ ਬਣਾਇਆ, ਆਪਣੇ ਵਿਧਾਨ ਸਭਾ ਚ ਵੀ ਭੇਜਿਆ MLA ਬਣਾ ਕੇ, CPS ਕੈਬਨਿਟ ਮੰਤਰੀ ਰੈਂਕ ਵੀ ਰਿਹਾ ਉਹਨਾਂ ਨੂੰ, ਲੋਕ ਸਭਾ ਵੀ ਲੜਾਈ ਸੀ ਉਹਨਾਂ ਨੂੰ, ਮਤਲਬ ਬਹੁਤ ਮਾਣ ਸਤਿਕਾਰ ਦਿੱਤਾ ਪਾਰਟੀ ਨੇ। ਜਿਹੜੀ ਤੁਹਾਨੂੰ ਦੱਸੀ ਗੱਲ ਵੀ ਉਹ ਕਹਿੰਦੇ ਰੂਲਿੰਗ ਪਾਰਟੀ ਦੇ ਵਿੱਚ ਹੀ ਲੋਕ ਨਾਲ ਹੈ, ਦੱਸੀ ਵੀ ਉੱਧਰ ਹੁੰਦਾ ਨਾ ਵੀ 3 ਸਾਲ ਸਰਕਾਰ ਦੇ ਹੈਗੇ ਆ, ਅਜੇ ਪਤਾ ਨਹੀਂ ਵੀ ਸਰਕਾਰ ਇਲੈਕਸ਼ਨ ਵਿਧਾਨ ਸਭਾ ਵੇਲੇ ਫਿਰ ਨਹੀਂ ਸਾਡੇ ਵੱਲ ਹੀ ਆ ਜਾਣ। ਲੱਗਦਾ ਕਿ ਦੁਬਾਰਾ ਵਾਪਸੀ ਹੋ ਸਕਦੀ ਹੈ? ਇੱਥੇ ਪੋਲਿਟਿਕਸ ਦੇ ਵਿੱਚ ਸਾਰਾ ਕੁਝ ਹੀ ਲੱਗਦਾ ਹੀ ਹੈ, ਕੁਛ ਵੀ ਕਰ ਸਕਦੇ ਲੀਡਰ। ਤੇ ਜੇਕਰ ਗੱਲ ਕਰੀਏ ਜੁਗਰਾਜ ਜੱਗੀ ਜੀ, ਅੱਜ ਜਿਹੜਾ ਹੈਗਾ ਵਾ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਹੈਗੀਆਂ, ਕਿਹੜੇ ਮੁੱਦਿਆਂ ਨੂੰ ਲੈ ਕੇ ਤੁਹਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਮੁੱਦਿਆਂ ਨੂੰ ਲੈ ਕੇ ਲੋਕਾਂ ਤੱਕ ਪਹੁੰਚ ਰਹੀ ਆ? ਮੁੱਦੇ ਜਿਹੜੇ ਪੰਜਾਬ ਦੇ, ਪਾਣੀਆਂ ਦੀ ਗੱਲ ਕਰ ਲਓ, ਉਹਦੇ 'ਤੇ ਅਕਾਲੀ ਦਲ ਦਾ ਸਟੈਂਡ, ਜਿਹੜੇ ਲੋਕਾਂ ਨੂੰ ਵੈਲਫੇਅਰ ਦੀਆਂ ਜਿੰਨੀਆਂ ਸਕੀਮਾਂ ਦਿੱਤੀਆਂ ਹਜੇ ਤੱਕ, ਚਾਹੇ ਉਹਨਾਂ 'ਚੋਂ ਹੁਣ ਕਟੌਤੀ ਲਾ ਕੇ 30 ਕਿਲੋ ਦਾਣਿਆਂ ਤੋਂ 5 ਕਿਲੋ ਦਾ ਆਟੇ ਦੇ ਆ ਗਏ ਆ, ਸਕੂਲਾਂ ਦੀ ਚੰਗੀ ਐਜੂਕੇਸ਼ਨ ਲਈ, ਚੰਗੇ ਪ੍ਰਸ਼ਾਸਨ ਲਈ, ਜਿੰਨੇ ਵੀ ਪੰਜਾਬ ਦੇ ਹਿੱਤ ਦੀਆਂ ਸਕੀਮਾਂ ਚੰਗੀਆਂ ਚਲਾਉਣ ਲਈ, ਜਿੰਨੀਆਂ ਵੀ ਅੱਜ ਤੱਕ ਚੱਲੀਆਂ ਜਾਂ ਚਲਾਉਣਗੇ, ਉਹ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਕਿਸੇ ਨੇ ਨਹੀਂ ਸਾਡਾ ਕੁਛ ਸਵਾਰਿਆ। ਕੈਪਟਨ ਅਮਰਿੰਦਰ ਸਿੰਘ ਘਰ ਘਰ ਕਰਜ਼ਾ ਕੁਰਕੀ ਦੀ ਗੱਲ ਕਰਕੇ ਆਏ ਸੀ, 3 ਦਿਨ ਹਫ਼ਤੇ 'ਚ ਨਸ਼ਾ ਖਤਮ ਕਰਨ ਦੀ ਗੱਲ ਕਰਕੇ ਆਏ ਸੀ, ਹਰ ਘਰ ਨੌਕਰੀ ਕਰਨ ਦੀ ਦੇਣ ਦੀ ਗੱਲ ਕਰਕੇ ਆਏ ਸੀ। ਸੋ ਇਹ ਗੱਲਾਂ ਆਪਾਂ ਨੂੰ ਵੀ ਉਦੋਂ ਲੱਗਦੀਆਂ ਸੀ ਵੀ ਇਹ ਪੋਸੀਬਲ ਨਹੀਂ ਹੈ, ਪਰ ਲੋਕਾਂ ਨੂੰ ਝੂਠ ਬੋਲ ਕੇ ਉਹਨਾਂ ਦੀਆਂ ਜਿਹੜੀਆਂ ਸੈਂਟਰ ਦੀਆਂ ਹੈਗੀਆਂ ਨੇ ਪਾਰਟੀਆਂ ਨੇ, ਉਹਨਾਂ ਕੋਲ ਉੱਦਾਂ ਦੇ ਝੂਠ ਬੁਲਾਉਣ ਵਾਲੀਆਂ ਏਜੰਸੀਆਂ ਨੇ ਜਿਹੜੇ ਕਰੋੜਾਂ ਰੁਪਈਆ ਲੈ ਕੇ ਉਹਨਾਂ ਨੂੰ ਪਲੈਨ ਦੇ ਵੀ ਤੁਸੀਂ ਆਹ ਬੋਲਣਾ, ਤੁਹਾਡੇ ਸਲੋਗਨ ਆ ਤਾਂ ਲੋਕ ਤੁਹਾਡੇ ਮਗਰ ਲੱਗਣੇ, ਉਹ ਐਡਵਰਟਾਈਜਮੈਂਟਾਂ ਕਰਦੇ, ਜਿੱਦਾਂ ਕੋਕ ਵੇਚਣ ਦੀ ਐਡ ਲਾ ਲਓ ਜਾਂ ਹੋਰ ਚੀਜ਼ ਦੀ ਐਡ ਲਾ ਲਓ, ਐਡ ਝੂਠ ਦੇ ਚੱਕਰ 'ਤੇ ਲੜਦੇ ਆ। ਆਪਾਂ ਤਾਂ ਅਕਾਲੀ ਦਲ ਨੇ ਪਹਿਲਾਂ ਵੀ ਸਟੈਂਡ ਸਪਸ਼ਟ ਕੀਤਾ ਵੀ ਚੋਣ ਮੈਨੀਫੈਸਟੋ ਲੀਗਲ ਡਾਕੂਮੈਂਟ ਹੋਣਾ ਚਾਹੀਦਾ, ਵੀ ਜੇ ਉਹ ਪਾਰਟੀ ਕੋਈ ਨਹੀਂ ਉੱਤੇ ਖਰੇ ਉਤਰਦੀ ਤਾਂ ਉਹਦੀ ਮਾਨਤਾ ਰੱਦ ਹੋਣੀ ਚਾਹੀਦੀ ਹੈ, ਕਿਉਂਕਿ ਆਪਾਂ ਝੂਠ ਨਹੀਂ ਬੋਲ ਸਕਦੇ, ਕਿਉਂਕਿ ਆਪਾਂ ਇੱਥੇ ਹੀ ਰਹਿਣਾ, ਆਪਾਂ ਨੂੰ ਦਿੱਲੀਆਂ ਨੇ ਕਿੰਨੇ ਚਲਾਉਣਾ, ਆਪਣੇ ਇਹਨਾਂ ਲੀਡਰਾਂ ਨੇ ਆਪਣੇ 'ਚ ਹੀ ਰਹਿਣਾ, ਚਾਹੇ ਬਰਾਲਾ ਸਾਹਿਬ ਹੈ ਚਾਹੇ ਬਾਦਲ ਸਾਹਿਬ ਹੈ, ਇਹਨਾਂ ਨੇ ਦਿੱਲੀਆਂ ਥੋੜ੍ਹਾ ਕੋ ਹੁਕਮ ਲੈਣਾ।
ਇਹਨਾਂ ਨੇ ਆਪਣੇ ਲੀਡਰ ਨੇ ਆਪਣਾ ਹੀ ਭਲਾ ਸੋਚਣਗੇ, ਸੋ ਇਹਨਾਂ ਨੂੰ ਹੀ ਵੋਟ ਪਾਉਣੀ ਪੈਂਦੀ ਹੈ। ਹੁਣ ਜੇਕਰ ਗੱਲ ਕਰੀਏ, ਇੱਕ ਮੁੱਦਾ ਆਪਾਂ ਕਹਿ ਸਕਦੇ ਹਾਂ ਪਾਣੀਆਂ ਦਾ, ਪਾਣੀਆਂ ਦੇ ਬਾਰੇ ਜਿਹੜਾ ਹੈਗਾ ਵਾ, ਆਪਣੇ ਸੀਐਮ ਸਾਹਿਬ ਵੀ ਕਹਿੰਦੇ ਆ ਕਿ ਪਾਣੀ ਦਾ ਜਿਹੜਾ ਹੈਗਾ ਵਾ ਅਸੀਂ ਜਿਹੜਾ ਹਰਿਆਣੇ ਨੂੰ ਦੇਵਾਂਗੇ, ਕਿਸ ਤਰ੍ਹਾਂ ਦੇਖਦੇ? ਮੈਂ ਤੁਹਾਨੂੰ ਉਹੀ ਗੱਲ ਦੱਸਦਾ ਨਾ ਵੀ ਜਿਹੜੀਆਂ ਦਿੱਲੀ ਤੋਂ ਚੱਲਦੀਆਂ, ਕਹਿ ਹੀ ਨਹੀਂ ਸਕਦੇ ਵੀ ਅਸੀਂ ਪੰਜਾਬ ਨੂੰ ਦੇਵਾਂ। ਪਿੱਛੇ ਮੈਂ ਇੱਕ ਲੀਡਰ ਦੀ ਕਿਸੇ ਦੀ ਇੰਟਰਵਿਊ ਸੁਣਦਾ ਸੀ, ਉਹ ਵੀ ਕਹਿਣ ਡਿਆ ਸੀ ਵੀ ਇਹਨਾਂ ਨੇ ਰਿਪੋਰਟ ਬਣਾ ਰਿਹਾ ਵੀ ਜਿਹੜੀਆਂ ਨਹਿਰੀ ਪਾਣੀ ਆ ਉਹ 100% ਲੱਗ ਰਿਹਾ ਪੰਜਾਬ ਨੂੰ। ਜੇ ਉਦਾਂ ਦੀਆਂ ਝੂਠੀਆਂ ਰਿਪੋਰਟਾਂ ਬਣਾ ਕੇ ਇਹ ਲੈ ਕੇ ਜਾਣਗੇ ਵਿਧਾਨ ਸਭਾ ਕੋਰਟ 'ਚ, ਤਾਂ ਫਿਰ ਤਾਂ ਉਹਨਾਂ ਦਾ ਪੱਖ ਸਟਰੋਂਗ ਹੁੰਦਾ ਦੂਜੀਆਂ ਪਾਰਟੀਆਂ ਦਾ, ਹਰਿਆਣੇ ਦਾ, ਦਿੱਲੀ ਦਾ, ਵੀ ਇਹਨਾਂ ਕੋਲ ਤਾਂ ਪਾਣੀ ਪਹਿਲਾਂ ਹੀ ਸਰਪਲਸ ਦਾ, ਜਦਕਿ ਆਪਣਾ ਤਾਂ ਮਤਲਬ 12-13% ਸਾਰਾ ਨਹਿਰੀ ਪਾਣੀ ਲੱਗਦਾ। ਸੋ ਇਹ ਪੰਜਾਬ ਦੇ ਪੱਖ ਦੀ ਗੱਲ, ਦਿੱਲੀ ਤੋਂ ਜਿਹੜੀਆਂ ਪਾਰਟੀਆਂ ਚੱਲਦੀਆਂ ਇਹ ਨਹੀਂ ਕਰ ਸਕਦੇ। ਜੁਗਰਾਜ ਜੀ, ਹੁਣ ਗੱਲ ਕਰੀਏ, ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੀ ਜਲੰਧਰ ਦੇ ਵਿੱਚ ਰੈਲੀ ਕਰ ਰਹੇ ਨੇ, ਕਿਸਾਨਾਂ ਵੱਲੋਂ ਵੀ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈਗਾ ਵਾ, ਕਿਸ ਤਰ੍ਹਾਂ ਦੇਖਦੇ ਆ? ਕਿਸਾਨਾਂ ਦਾ ਜਿਹੜਾ ਵਿਰੋਧ ਆ ਬੀਜੇਪੀ ਦਾ, ਉਹ ਬਿਲਕੁਲ ਜਾਇਜ਼, ਕਿਉਂਕਿ ਮੰਗ ਕੁਛ ਦੇਣਾ ਨਾ ਦੇਣਾ ਬਾਅਦ ਦੀ ਗੱਲ ਹੈ। ਜਿਹੜਾ 700-800 ਸਾਡਾ ਕਿਸਾਨ ਉੱਥੇ ਸ਼ਹੀਦ ਹੋ ਗਿਆ, ਇਹ ਦਿੱਲੀਓਂ ਗੱਲ ਸੁਣਨ ਨੂੰ ਨਹੀਂ ਆਏ, ਜਾਂ ਕਿਸੇ ਗੱਲ ਨੂੰ ਜਿਹੜਾ ਡਿਸੀਜਨ ਲਿਆ ਉਹ ਬਹੁਤ ਜ਼ਿਆਦਾ ਲੇਟ ਲਿਆ, ਹੁਣ ਵੀ ਬੈਠੇ ਨੇ ਕਿਸਾਨ ਯੂਨੀਅਨ। ਮਤਲਬ ਉਹਨਾਂ ਨੂੰ ਜਦੋਂ ਤੁਸੀਂ ਸੁਣਨਾ ਨਹੀਂ, ਫਿਰ ਸਾਡੇ ਕੋਲ ਵੋਟਾਂ ਮੰਗਣ ਕਿਉਂ ਨੇ? ਆਪਣੇ ਬੰਦੇ ਲੀਡਰ ਦਿੱਲੀ ਗੱਲ ਕਰਨ ਨਹੀਂ ਜਾਂਦੇ ਨਾ, ਪੰਜਾਬ ਦੇ ਕਿਸਾਨ, ਉਹਨਾਂ ਦੀ ਗੱਲ ਉੱਥੇ ਸੁਣ ਲਓ, ਉੱਥੇ ਕਿਸੇ ਗਰਾਊਂਡ 'ਚ ਬਿਠਾ ਲਓ। ਜੇ ਉਹ ਗੱਲ ਸੁਣਨੀ ਦਿੱਲੀ ਜਾਣ ਦੇਣ ਦਿਆ, ਮੇਰੇ ਹਿਸਾਬ ਨਾਲ ਤਾਂ ਇਹਨਾਂ ਨੂੰ ਪੰਜਾਬ 'ਚ ਵੈਸੇ ਨਹੀਂ ਬੜਨ ਦੇਣਾ ਚਾਹੀਦਾ, ਜੇ ਸਾਨੂੰ ਦਿੱਲੀ ਨਹੀਂ ਆਉਣ ਦੇ ਤੁਹਾਨੂੰ ਅਸੀਂ ਇੱਥੇ ਨਹੀਂ ਆਉਣ ਦਿੰਦੇ। ਇਹ ਸਨ ਜੁਗਰਾਜ ਜੱਗੀ ਜੀ, ਜਿਨ੍ਹਾਂ ਨੇ ਜਿਹੜਾ ਹੈਗਾ ਹੋਰ ਵੀ ਕਈ ਪਾਰਟੀਆਂ 'ਤੇ ਜਿਹੜੇ ਤੰਜ ਕੱਸੇ ਨੇ। ਕੈਮਰਾ ਪਰਸਨ ਨਾਲ ਪਨੀਤ ਅਰੋੜਾ, ਸਾਂਝਾ ਟੀਵੀ, ਨਕੋਦਰ।